ਦੱਸੀ ਬਈਏ ਕਿੱਦਾਂ ਗੱਲ ਪੈ ਰਹੇ ਜੰਡਿਆਲੇ, ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਬਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈਣ ਡਿਆ, ਸੁਣਿਆ ਜ਼ਰੂਰ ਸੀ ਅੱਜ ਮੈਂ ਇਹ ਜੰਡਿਆਲੇ ਦੀ ਮੰਡੀ ਆ ਤੇ ਇੱਥੇ ਬਈਏ ਹੁਣੇ ਇੱਕ ਸਿੱਖ ਮੁੰਡੇ ਦੇ ਬਣਾ ਇਹਨਾਂ ਦੀ ਆਹ ਵਾ ਰੁਕ 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 ਆਹ ਬਈਏ ਗੱਲ ਪਏ ਆ ਹੁਣੇ ਬੰਦਿਆਂ ਦੇ ਰੁਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆ ਜਾਓ ਜੋ ਗੱਲ ਹੋਈ ਬੰਦਿਆਂ ਕੋ ਦੱਸ ਦਿਓ ਜੇ ਭੱਜੇ ਨਾ ਤੇ ਛਿੱਤਰ ਤੁਹਾਨੂੰ ਉਹ ਫੇਰੂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦਿਓ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਬੰਦਿਆਂ ਕੋ ਗੱਲ ਦੱਸ ਦਿਓ ਕਿਹਦੇ ਕੋਲ ਲੱਗੇ ਜੇ ਤੁਸੀਂ ਮੈਂ ਸੁਣ ਲੈਣਾ ਆ ਜਾਓ ਕੋਈ ਨੀ ਕੱਖ ਤੁਹਾਨੂੰ ਆਉਂਦਾ ਜਿਹਨੂੰ ਬੁਲਾਉਣਾ ਬੁਲਾ ਲਓ ਭਾਜੀ ਮਾੜੀ ਜੀ ਤਿੜਫੜ ਕੀਤੀ ਨਾ ਕੋਈ ਤੇ ਫਿਰ ਹਿਸਾਬ ਲਾ ਲਿਓ ਬਣਦਾ ਕੀ ਹੈ ਬੰਦਿਆਂ ਕੋ ਖਲੋ ਜੋ ਇੱਥੇ ਕੋਈ ਤੁਹਾਨੂੰ ਕੱਖ ਨੀ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਡੀ ਕਿਹੜੀ ਆੜਤ ਤੇ ਕਿਹਦੀ ਤੇ ਲੱਗੇ ਕਿਹਦੀ ਆੜਤ ਤੇ ਲੱਗੇ ਜੀ ਅਸੀਂ ਵੀਡੀਓ ਬੰਦ ਕਰੀਏ ਉਸਕੇ ਬਾਅਦ ਮੈਂ ਕਿਹਾ 2 ਮਿੰਟ ਚ DSP ਨੇ ਆਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਉਹਨੇ ਆਪੇ ਬਕਾ ਲੈਣਾ ਠੀਕ ਹੈ ਨਾ ਜਿਹਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗੱਲ ਪਿਆਂ ਦੀ ਪੱਗ ਲਾਈ ਮੈਂ ਖਲੋਤਾ ਜੇ ਤੁਹਾਡੀ ਜ਼ਰੂਰਤ ਹੈਗੀ ਨਾ ਕਿਸੇ ਭਈਏ ਦੀ ਗੱਲ ਪੈਂਦੇ ਸਰਦਾਰਾਂ ਦੇ ਪੰਜਾਬ 'ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗੱਲ ਪਾ ਪਾਓ ਮੇਰੇ ਗੱਲ ਤੁਹਾਡੇ ਜ਼ਰੂਰਤ ਹੈਗੀ ਨਾ ਕਿਸੇ 'ਚ ਆ ਫੜੇ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ 'ਚ ਜ਼ਰੂਰਤ ਹੈਗੀ ਆ ਨਾ ਇੰਨੇ ਇੰਨੇ ਖਲੋਤੇ ਸਾਰੇ ਲਿਆਉਣਾ ਮੇਰੇ ਗੱਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੰਡਿਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਖਲੋਤਾ ਮੈਂ ਜੇ ਕਿਸੇ ਭਈਏ 'ਚ ਮੰਡੀ ਦੇ ਵਿੱਚ ਜੁਰਤ ਆ ਤੇ ਪਿਓ ਦਾ ਪੁੱਤ ਆ ਤੇ ਇੱਥੇ ਗਾੜੀ ਆਵੇ ਇੱਥੇ ਲੱਤਾਂ ਨਾ ਮੈਂ ਤੋੜ ਦੀਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਪੰਜਾਬ 'ਚ ਕਮਾਉਣ ਆਉਂਦੇ ਗੁੰਡਾਗਰਦੀ ਕਰਨ ਆਉਂਦੇ ਜੇ ਤਾਂ ਬਾਹਰ ਭੈਣੀ ਆਉਣੀ ਉੱਥੋਂ ਪੈਣਕਾ ਗੱਲ ਦੇ ਜਾ ਕੇ ਤੁਸੀਂ ਬੰਦ ਪਿਆ ਤੁਸੀਂ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਡਿਆ ਜੇ ਉੱਥੇ ਜਾ ਕੇ ਠੀਕ ਆੜਤ ਕਿਹੜੀ ਦੇ ਲੱਗੀ ਹੈ ਦੱਸ ਮੈਨੂੰ ਮੈਂ ਤੁਹਾਨੂੰ ਪ੍ਰਵਾਸੀ ਭਈਏ ਆ ਪੰਜਾਬੀਆਂ ਦੇ ਗੱਲ ਪੈਣ ਡੇ ਆ ਆਹ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆਹ ਮੁੰਡੇ ਦੀ ਦਸਤਾਰ ਲਾਈ ਆਹ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਣ ਡੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਡੇ ਇੱਥੇ ਇਹ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਉਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੇਆਮ ਦਾਤਰ ਕਿਰਪਾਨਾਂ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤਿਆਂ ਨਾ ਫੜ ਆ ਮੈਂ ਇਹ ਵੇਖੋ ਇੱਦਾਂ ਇਹ ਸਰਦਾਰਾਂ ਦੇ ਗੱਲ ਪੈਂਦੇ ਆ ਇਹ ਜੰਡਿਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗੱਲ ਪਏ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਏ ਨਾ ਗੱਲ ਇਹ ਬੰਦਿਆਂ ਦੀ ਪਛਾਣ ਆ ਤੁਹਾਨੂੰ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਸਾਰਿਆਂ ਦੇ ਪਰਚਾ ਕਰਾਉਣੇ ਪੱਧਰ ਤੇ ਬਣਾਓ ਆ ਹਸਪਤਾਲ ਦੇ ਬਾਹਰ ਗੱਲ ਪਏ ਮੈਨੂੰ ਪਤਾ ਵਾ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ ਲਾਈ
ਮੇਰਾ ਨਾਂ ਜੀ ਸਰਬਜੀਤ ਸਿੰਘ ਸੋਨੂ ਜੰਡਿਆਲਾ। ਔਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਜੰਡਿਆਲਾ ਦੀ ਅਨਾਜ ਮੰਡੀ ਤੋਂ, ਕੀ ਹੈ ਸਾਰਾ ਮਾਮਲਾ, ਕੀ ਕਹਿਣਾ ਚਾਹੋਗੇ? ਮਸਲਾ ਇਹ ਹੈ ਜੀ, ਅਸੀਂ ਕੱਲ੍ਹ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ। ਰਸਤੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਹੈ, ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ, ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ। ਔਰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹੋਸਪਿਟਲ ਆ, ਉੱਥੇ ਘੱਟੋ ਘੱਟ ਵੀ 50-60 ਬਈਏ ਸੀਗੇ ਜਿਹੜੇ ਦਾਤਰ ਕਿਰਪਾਨਾਂ ਹੱਥ 'ਚ ਅਤੇ ਸਾਹਮਣੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ, ਅਤੇ ਕੁਝ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡਿਆ ਸੀ। ਅਤੇ ਉਹ ਜਦੋਂ ਰੌਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ, ਅਤੇ ਉਹ ਅਸੀਂ ਗੱਡੀ ਬੈਕ ਕਰਕੇ ਉੱਥੇ ਰੁਕ ਗਏ। ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਵੱਲ, ਭੱਜ ਕੇ ਆਏ ਅਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਦੀਆਂ ਪੱਗਾਂ ਲਾ ਤੀਆਂ ਭਾਅ ਜੀ, ਬਈਏ ਗਲ ਪੈ ਗਏ। ਉਹ ਫਿਰ ਜਦੋਂ ਮੈਂ ਅਸੀਂ ਉਤਰ ਕੇ, ਮੇਰੇ ਅਸੀਂ ਦੋ ਜਣੇ ਸੀਗੇ, ਮੈਂ ਕਿਹਾ ਉਹਨਾਂ ਨੂੰ, ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਹਾਂ। ਔਰ ਮੌਕੇ 'ਤੇ ਮੈਂ DSP ਜੰਡਿਆਲਾ ਨੂੰ ਫੋਨ ਕੀਤਾ, ਅਤੇ ਚਲੋ ਜਦੋਂ ਇੰਨੀ ਗੱਲ ਕਹੀ ਤਾਂ ਬਈਏ ਉੱਥੋਂ ਰੌਲਾ ਗੋਲਾ ਪਿਆ ਅਤੇ ਭੱਜ ਕੇ ਇੱਧਰ ਆ ਗਏ ਹੋਸਪਿਟਲ ਦੇ ਬਾਹਰ। ਬਹੁਤ ਇਹਨਾਂ ਨੇ ਹੜਤੰਗ ਮਚਾਇਆ ਇਹ ਰਾਤੀ, ਸੁਣਿਆ ਬੜੀ ਵਾਰੀ ਸੀ, ਵੱਡੇ ਵੱਡੇ ਲੀਡਰ ਬੋਲਦੇ ਸੀ, ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇੱਦਾਂ ਨਹੀਂ ਕਰ ਸਕਦੇ, ਉਹ ਤਾਂ ਕਮਾਈ ਕਰਨ ਆਉਂਦੇ। ਪਰ ਇਹ ਜਿਸ ਹਿਸਾਬ ਨਾਲ ਟੋਲਾ ਫਿਰ ਪਰਲੇ ਬੰਨੇ ਖਲੋ ਕੇ ਕਿਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ, ਜਦੋਂ ਇੱਧਰ ਆਓ ਕਿਹਾ, ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਾਇਆ। ਕੁਛ ਬੰਦੇ ਜਿਹੜੇ ਭੱਜ ਗਏ ਅਤੇ 15-16 ਜਣੇ ਉੱਥੇ ਖੜ੍ਹੇ ਰਹੇ। ਮੈਂ ਕਿਹਾ ਤੁਸੀਂ ਕਿਹੜੀ ਯਾਰਡ ਤੋਂ ਜੇ, ਜਿਸ ਦੀ ਵੀਡੀਓ ਮੇਰੇ ਕੋਲ ਮੌਜੂਦ ਆ, ਤੁਸੀਂ ਕਿਹਦੇ ਕੋਲ ਕੰਮ ਕਰਦੇ ਜੇ, ਉਹਦਾ ਨਾਮ ਦੱਸੋ। ਕਹਿੰਦੇ ਅਸੀਂ ਨਹੀਂ ਦੱਸਣਾ। ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ, ਮੈਂ ਕਿਹਾ ਪੁਲਿਸ ਆਊ ਤਾਂ ਮੈਂ ਜਾਣਾ। ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ, ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਅ ਜੀ। ਮੈਂ ਕਿਹਾ ਜੀ ਆਹ ਗੱਲ ਹੋਈ, ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ। ਅਤੇ ਕਹਿੰਦੇ, ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ, ਉਹ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ। ਵਜ੍ਹਾ ਸਾਹਮਣੇ ਆਈ ਕਿ ਕਿਉਂ ਲੜ ਰਹੇ ਸੀਗੇ, ਕਿਉਂ ਇਕੱਠੇ ਸੀਗੇ, ਜਿਸ ਨਾਲ ਕੋਈ ਕਿਰਪਾਨਾਂ ਸੀਗੀਆਂ, ਪਤਾ ਲੱਗ ਸਕਦਾ ਕੀ ਮਾਮਲਾ ਕੀ ਸੀਗਾ? ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਹਦੇ ਲਈ ਲੜਨ ਡਿਆ। ਮੈਂ ਤਾਂ ਇਸ ਕਰਕੇ ਰੁਕਿਆ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਆ, ਇੱਕ ਸਰਦਾਰ ਦੇ ਗੱਲ ਪੈਂਦੇ, ਪਤਾ ਨਹੀਂ ਕੀ ਗੱਲ ਹੋ ਗਈ। ਜਦੋਂ ਭੱਜ ਕੇ ਮੇਰੇ ਵੱਲ ਆਏ ਤਾਂ ਮੈਂ ਵੀ ਯਕਦਮ ਹੀ ਉੱਥੇ ਪੁੱਛਣ ਦਾ, ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ, ਕਹਿੰਦੇ ਭਾਅ ਜੀ ਸਾਡੇ ਗਲ ਪੈ ਗਏ, ਅਸੀਂ ਤੁਰ ਕੇ ਜਾਣ ਡਿਆ ਸੀ, ਸਾਡਾ ਤੇਲ ਮੁੱਕ ਗਿਆ, ਇਹ ਅੰਦਰੋਂ ਪਤਾ ਨਹੀਂ ਨੁੱਕਰ 'ਚੋਂ ਕਿੰਨੇ ਜਣੇ ਨਿਕਲੇ ਆ, ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ, ਉੱਥੇ ਕੁੜੀਆਂ ਘੁੰਮਦੀਆਂ ਨੇ, ਉਹ ਪਹਿਲਾਂ ਬੰਦਿਆਂ ਨੂੰ ਰੋਕਦੀਆਂ, ਬਾਅਦ 'ਚੋਂ 25-30 ਜਣੇ ਪੈ ਜਾਂਦੇ ਗਾਲ। ਮੈਂ ਕਿਹਾ ਸ਼ਾਇਦ ਉਹੋ ਜਿਹਾ ਕੋਈ ਹੋਊ ਮਾਹੌਲ। ਜਦੋਂ ਮੈਂ ਅੰਦਰ ਗਿਆ ਮੰਡੀ ਦੇ, ਇਹਨਾਂ ਮੇਰੀ ਗੱਲ ਕਰਾਈ, ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਮੈਂ ਪੁੱਛਿਆ, ਉਹ ਕਹਿੰਦੇ ਵੀ ਇਹ ਦੁਕਾਨਾਂ ਛੱਡ ਕੇ ਬਾਹਰ ਕੀ ਲੈਣ ਗਏ। ਮੈਂ ਕਿਹਾ ਭਾਅ ਜੀ ਇਹ ਬਾਹਰ ਲੜਨ ਡਿਆ ਤੁਹਾਡੇ ਬੰਦੇ, ਅਤੇ ਤੁਸੀਂ ਇਹਨਾਂ ਨੂੰ ਦੱਸੋ ਇੱਥੇ ਆਣ ਕੇ ਵੀ ਕੀ ਗੱਲ ਆ, ਇੱਦਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰ ਦੇਣਗੇ। ਅਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾਂ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ, ਅਤੇ ਉਹ ਬਾਹਰ ਆਣ ਕੇ ਇਸ ਹਿਸਾਬ ਨਾਲ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ। ਫਿਰ ਮੈਂ ਜਦੋਂ ਜਾਣ ਲੱਗਾ, ਮੇਰੇ ਨਾਲ ਖੁਦ ਨਾਲ ਵਾਪਰੀ, ਮੈਨੂੰ ਕਹਿੰਦੇ ਕਿ ਫੋਨ 'ਚੋਂ ਵੀਡੀਓ ਡਿਲੀਟ ਕਰੋ, ਨਹੀਂ ਤਾਂ ਤੁਹਾਨੂੰ ਵੀ ਨਹੀਂ ਜਾਣਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ, ਮੈਨੂੰ ਪਤਾ ਵਾ। ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੀ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ, ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਅਤੇ ਇੱਥੋਂ ਦੇ ਪੁਲਿਸ ਨਾ ਜਾਣਕਾਰ, ਸਾਡੇ ਵਾਕਫ ਨਾ ਹੁੰਦੇ, ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਆਉਂਦੇ, ਅਤੇ ਕਿਸੇ ਦਾ ਵੀ ਰਾਤ ਬਰਾਤੇ ਜਾਨੀ ਮਾਲੀ ਨੁਕਸਾਨ ਕਰ ਸਕਦੇ। ਬੀਤੀ ਰਾਤ ਦਾਣਾ ਮੰਡੀ ਜੰਡਿਆਲਾ ਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ, ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ? ਇਹ ਰਾਤ ਲੇਟ ਆਵਰੀ ਨੋਟਿਸ 'ਚ ਆਇਆ ਸੀ, ਉਹ ਜੋ SHO ਸਾਹਿਬ ਨੇ ਪੁੱਛਿਆ, ਕੰਪਲੇਂਟ ਤਾਂ ਕਿਸੇ ਪਾਰਟੀ ਵੱਲੋਂ ਨਹੀਂ ਆਈ ਅਜੇ ਤੱਕ, ਲੇਕਿਨ ਉੱਥੇ ਜਦੋਂ ਇਹ ਪਤਾ ਲੱਗਿਆ, ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ, ਅਤੇ ਉਹ ਜਾਂਦੇ ਹੀ ਮੰਡੀ ਦੇ ਵਿੱਚੋਂ ਅੱਗੇ ਪਿੱਛੇ ਹੋ ਗਏ, ਬੰਦੇ ਕੋਈ ਮਿਲਿਆ ਨਹੀਂ, ਅਤੇ ਨਾ ਹੀ ਹੁਣ ਤੱਕ ਕਿਸੇ ਨੇ ਕੰਪਲੇਂਟ ਕੀਤੀ। ਅਗਰ ਕੰਪਲੇਂਟ ਆਊਗੀ ਤਾਂ ਜੋ ਬਣਦੀ ਕਾਰਵਾਈ ਉਹ ਕਰਾਂਗੇ।